ਦੇਖੋ ਇਹ ਅੱਜ ਵੈਸੇ ਤਾਂ ਬਹੁਤ ਸਾਰੇ ਸਾਡੇ ਸਾਥੀ ਕੁਝ ਬਾਹਰ ਗਏ ਆ, ਕੁਝ ਛੁੱਟੀਆਂ ਮਨਾ ਰਹੇ ਨੇ, ਕੁਝ ਰਿਲੈਕਸ ਕਰ ਰਹੇ ਨੇ ਇਲੈਕਸ਼ਨ ਲੜਨ ਤੋਂ ਬਾਅਦ। ਅਸੀਂ ਆਖਿਆ ਸਾਰੇ ਬੈਠ ਕੇ ਕੁਝ ਸਾਥੀ ਗੁਫ਼ਤਗੂ ਕਰ ਲਈਏ ਕਿ ਕੀ ਕਮੀਆਂ ਰਹੀਆਂ, ਕੀ ਦਿੱਕਤਾਂ ਰਹੀਆਂ, ਕੀ ਅੱਗੇ ਸਾਨੂੰ ਕਰਨਾ ਚਾਹੀਦਾ। ਔਰ ਜਲੰਧਰ ਸਾਡੀ ਜਿਮਨੀ ਚੋਣ ਹੈ, ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਵਿਧਾਨ ਸਭਾ ਦੀਆਂ ਚੋਣਾਂ ਹੈ, ਇਹਦੇ 'ਤੇ ਮੈਂ ਆਖਿਆ ਇੱਕ ਗੁਫ਼ਤਗੂ ਕਰ ਲਈਏ, ਫਿਰ ਮੌਸਮ ਠੀਕ ਹੋ ਜਾਏਗਾ ਤਾਂ ਫਿਰ ਥੋੜ੍ਹੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਲੋਕਾਂ ਨੂੰ ਬਲਾਕ ਪ੍ਰੈਜ਼ੀਡੈਂਟਸ ਨੂੰ ਬੁਲਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਕਿਸ ਪ੍ਰਕਾਰ ਨਾਲ ਅਸੀਂ ਜਲੰਧਰ ਜਿਮਨੀ ਚੋਣ ਬਾਏ ਇਲੈਕਸ਼ਨ ਦੇ ਵਿੱਚ ਜਾਣਾ ਹੈ, ਕਿਹੜੀ ਸਟ੍ਰੈਟਜੀ ਅਪਣਾਉਣੀ ਹੈ। ਮੈਂ ਕਿਹਾ ਹਰ ਬੰਦੇ ਦੇ ਅਲੱਗ ਅਲੱਗ ਵਿਊਜ਼ ਲੈ ਲਈਏ। ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸੇ ਨੇ ਚਿੱਠੀ ਲਿਖੀ ਹੈ, ਬਟ ਅਗਰ ਕੋਈ ਜ਼ਮੀਨ ਦੀ ਐਸਾ ਮਸਲਾ ਹੈਗਾ ਤੇ ਉਹਦੇ ਤੋਂ ਉਹਨੂੰ ਭੁੱਖ ਪੜਤਾਲ ਹੋ ਜਾਣੀ ਚਾਹੀਦੀ ਹੈ ਕੀ ਹੈ, ਬਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨ ਦਿਆਂਗੇ, ਅੱਜ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ, ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਉਹ। ਦੇਖੋ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ, ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ, ਇਹਦੇ 'ਤੇ ਮੈਂ ਟਿੱਪਾ ਟਿੱਪਣੀ ਨਾ ਕਰਦੇ ਹੋਏ, ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਵਾਰੀ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ, ਲੇਕਿਨ ਬਿਜਲੀ ਸੰਕਟ ਬਹੁਤ ਵੱਡਾ। ਮੈਂ ਲੁਧਿਆਣੇ ਦੀ ਗੱਲ ਕਰਾਂ ਤਾਂ 48-48 ਘੰਟੇ ਲੁਧਿਆਣੇ 'ਚ ਬਿਜਲੀ ਹੈ ਨਹੀਂ ਹੈ, ਜਿਹੜਾ ਕਿ ਮਹਾਂਨਗਰ ਹੈ, ਸਭ ਤੋਂ ਵੱਡਾ ਸ਼ਹਿਰ ਹੈ। ਅੱਜ ਜਿਹੜੀ ਬਿਜਲੀ ਦੀ ਪੋਲ ਸੀਗੀ ਜਿਹੜੀ ਸਰਕਾਰ ਦੀ, ਉਹ ਖੁੱਲ੍ਹ ਗਈ। ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ, ਬਾਰਿਸ਼ ਬਹੁਤ ਹੋ ਗਈ ਔਰ ਫਲੱਡ ਆ ਗਏ, ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋ ਗਈ ਉਹ ਅਸੀਂ ਕਿਸਾਨਾਂ ਨੂੰ ਦੇਤੀ, ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ। ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ, ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਨੂੰ ਤਾਲਾ ਲੱਗ ਜਾਣਾ। ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ, ਜਨਤਾ 'ਤੇ ਵਾਧੂ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈਗਾ। ਸੋ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ, ਜਿਸ ਪ੍ਰਕਾਰ ਗਰਮੀ ਵੱਧ ਰਹੀ ਹੈ, ਗਰਮੀ ਦਾ ਪ੍ਰਕੋਪ ਵੱਧ ਰਿਹਾ, ਉਸ ਪ੍ਰਕਾਰ ਬਿਜਲੀ ਦੇ ਬਹੁਤ ਮਾੜੇ ਹਾਲਾਤ ਹਨ। ਰੋਜ਼ 2-3 ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ, ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ, ਹੋ ਜਾਏਗਾ, ਕਰ ਦਿਆਂਗੇ, ਠੀਕ ਹੋ ਜਾਏਗਾ, ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ, ਕਿਉਂਕਿ ਬਿਜਲੀ ਹੈ ਨਹੀਂ ਤਾਂ ਮੋਟਰ ਨਹੀਂ ਚੱਲਦੀ, ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ। ਸੋ ਇਸ ਤਰ੍ਹਾਂ ਦੇ ਹਾਲਾਤ ਬਣ ਗਏ। ਸੋ ਭਾਈ ਇਹ ਟ੍ਰਾਂਸਫਰ ਇਲੈਕਸ਼ਨ ਕੇ ਬਾਅਦ ਹੀ ਕਿਉਂ, ਇਹ 2.5 ਸਾਲ ਪਹਿਲੇ ਕਿਉਂ ਇਹ ਨੈਕਸਸ ਤੋੜਾ ਗਿਆ? ਅਗਰ ਨੈਕਸਸ ਤੋੜਨੇ ਕੀ ਬਾਤ ਆਪ ਕਰਤੇ ਹੈ, ਮੇਰੇ ਕੋ ਲਗਤਾ ਕਿ ਕੁਝ ਲੋਕੋ ਕੋ ਪਰੇਸ਼ਾਨ ਕੀਆ ਗਿਆ ਹੈ, ਕੁਝ ਲੋਕੋ ਨੇ ਹਮੇ ਵੋਟ ਡਾਲ ਦੀਆ ਹੈ, ਕਾਂਗਰਸ ਕੋ ਵੋਟ ਡਾਲ ਦੀਆ ਹੈ, ਔਰ ਉਨਕੋ ਕਹਾ ਗਿਆ ਜਿਨਕੀ ਟ੍ਰਾਂਸਫਰ ਕੋ ਅਭੀ ਇੱਕ ਇੱਕ ਸਾਲ ਰਹਿ ਗਿਆ ਹੈ, ਔਰ ਸਾਰੀ ਜ਼ਿੰਦਗੀ ਉਹਨੇ ਲੁਧਿਆਣਾ, ਉਹਨੇ ਫਤਿਹਗੜ੍ਹ ਸਾਹਿਬ ਔਰ ਉਹਨੇ ਪਟਿਆਲਾ ਮੇ ਗੁਜ਼ਾਰੀ ਹੈ, ਅਬ ਉਨਕੋ ਅਚਨਚੇਤ ਮੁਕਤਸਰ ਲਗਾ ਦੋਗੇ ਔਰ ਮੁਕਤਸਰ ਵਾਲੇ ਕੋ ਪਟਿਆਲਾ ਲਗਾ ਦੇਗੇ, ਉਸਕੀ ਪਰਫਾਰਮੈਂਸ ਹੀ ਨਹੀਂ ਰਹੇਗੀ। ਔਰ ਬੰਦਾ ਸਾਰੀ ਜ਼ਿੰਦਗੀ ਇੱਕ ਜਗ੍ਹਾ ਪਰ ਆ, ਇਹ 2.5 ਸਾਲ ਪਹਿਲੇ ਕਰਨਾ ਥਾ। ਹਮੇ ਜਿਸ ਪ੍ਰਕਾਰ ਕੀ ਖਬਰ ਹੈ ਉਹ ਇਸ ਲਈ ਕੀਆ ਗਿਆ ਹੈ ਕਿ ਜਿਨ ਲੋਕਾਂ ਨੇ ਪੁਲਿਸ ਨੇ ਅੱਛੇ ਤਰੀਕੇ ਸੇ ਮੁਲਾਜ਼ਮੋ ਨੇ ਕਾਂਗਰਸ ਆਮ ਆਦਮੀ ਪਾਰਟੀ ਕੀ ਮਦਦ ਦੀ, ਇਸ ਲਈ ਕੀਆ ਗਿਆ। ਔਰ ਮੇਰੀ ਗੁਜ਼ਾਰਿਸ਼ ਹੈ ਇਸਕੋ ਰੋਲ ਬੈਕ ਕਰਨਾ ਚਾਹੀਏ, ਐਸਾ ਨਹੀਂ ਹੋਣਾ ਚਾਹੀਏ। ਹਾਂ ਕੋਈ ਨੋਟੋਰੀਅਸ ਵਿਅਕਤੀ ਕਿਸੀ ਜ਼ਿਲ੍ਹੇ ਮੇ ਬੈਠਾ ਹੁਆ ਹੈ, ਉਸਕੀ ਟ੍ਰਾਂਸਫਰ ਆਪ ਕਰ ਸਕਤੇ ਹੈ, ਲੇਕਿਨ ਐਸਾ ਥੋੜ੍ਹੀ ਹੈ ਕਿ ਸਾਰੀ ਪੁਲਿਸ ਵਾਲੋਂ ਕੋ ਉਠਾਓ ਔਰ ਨਈ ਜਗ੍ਹਾ ਪਰ ਭੇਜ ਦੋ।
ਨਵਾਂ ਬੰਦਾ ਆ ਕੇ ਕਿਆ ਕਰੇਗਾ, ਕ੍ਰਾਈਮ ਔਰ ਬੜ ਜਾਏਗਾ, ਉਸਕੋ ਪਤਾ ਨਹੀਂ ਹੋਗਾ, ਉਸਕੋ ਸਮਝ ਹੋਗੀ, ਉਸਕੋ ਜ਼ਿਲ੍ਹੇ ਮੇਂ ਯੇ ਹੋ ਸਕਤਾ ਕਿ ਸਬ ਡਿਵੀਜ਼ਨ ਏਕ ਸੇ ਦੂਸਰੀ ਸਬ ਡਿਵੀਜ਼ਨ ਆਪ ਕਰ ਦੋ, ਲੇਕਿਨ ਇਹ ਕੋਈ ਅੱਛਾ ਫੈਸਲਾ ਨਹੀਂ ਹੈ ਕਿ ਏਕ ਜ਼ਿਲ੍ਹੇ ਸੇ ਉਠਾ ਕਰ ਉਸਕੋ 150 ਕਿਲੋਮੀਟਰ ਦੂਰ ਬਣੀ। ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਰਿਕਾਰਡਿੰਗ ਵਾਇਰਲ ਹੋਈ ਆ, ਪਾਕਿਸਤਾਨ ਦੇ ਗੈਂਗਸਟਰ ਸ਼ਹਜ਼ਾਦ ਪੱਟੀ ਦੇ ਨਾਲ ਗੱਲਬਾਤ ਕਰਦੇ ਆ, ਈਦ ਦੀ ਵਧਾਈ ਦੇ ਰਹੇ ਆ। ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋਈ ਆ ਉਹਨਾਂ ਦੀ। ਦੇਖੋ ਲਾਰੈਂਸ ਬਿਸ਼ਨੋਈ ਤਾਂ ਰੋਜ਼ਾਨਾ ਇੱਕ ਨਵੀਂ ਖਬਰ ਹੈ, ਬਿਲਕੁਲ। ਮੈਂ ਤਾਂ ਪਹਿਲੇ ਦਿਨੋਂ ਕਹਿੰਦਾ ਕਿ ਇਹ ਕੋਕਰ ਨਹੀਂ ਚਾਹੀਦੀ ਹੈ। ਮੈਂ ਮੂਸੇ ਵਾਲਾ ਸਾਹਿਬ ਦੇ ਮਰਡਰ ਨੂੰ ਇਹ ਗੱਲ ਕਹਿੰਦਾ ਸੀਗਾ ਕਿ ਪਹਿਲਾਂ ਲੱਗਦਾ ਸੀ, ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲ ਗਈਆਂ ਵੀ ਹੈ, ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਕਿ ਇਸ ਤਰ੍ਹਾਂ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜੇਲ੍ਹ 'ਚੋਂ ਬੈਠੇ, ਫਿਰ ਉਸ ਤੋਂ ਬਾਅਦ ਉਸੇ ਬੰਦਾ ਹੁਣ ਟੈਲੀਫੋਨ 'ਤੇ ਗੱਲ ਕਰ ਰਿਹਾ, ਵਧਾਈ ਦੇ ਰਿਹਾ। ਉਹ ਤਾਂ ਇੱਦਾਂ ਲੱਗਦਾ ਕਿ ਕਿਸੇ ਪਿਕਨਿਕ ਮਨਾ ਰਿਹਾ, ਨਾ ਕਿ ਉਹ ਜੇਲ੍ਹ 'ਚ ਹੈ। ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ, ਔਰ ਮੈਂ ਸਮਝਦਾ ਕਿ ਤਿਹਾੜ ਜੇਲ੍ਹ 'ਚ ਹੋ ਰਿਹਾ, ਫਿਰ ਇਸ ਤੋਂ ਵੱਧ ਸਾਡੇ ਵਾਸਤੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਫਿਰ ਸਾਨੂੰ ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਦੇਸ਼ ਦੇ ਲਾਅ ਐਂਡ ਆਰਡਰ ਦੀਆਂ ਗੱਲਾਂ ਕੀਤੀਆਂ, ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ 'ਚੋਂ ਬੈਠੇ, ਐਡਾ ਵੱਡਾ ਨੈਕਸਸ ਚੱਲ ਰਿਹਾ।